ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਉਰੇ ਜਿਹੜੇ ਗੁਰਦੁਆਰਾ ਸਾਹਿਬ ਲੋਕਲ ਨੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਅਤੇ ਨਾਲ ਆਪਣੇ ਸੰਗਤ ਆ ਅਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੇ। ਇਹ ਮਤਲਬ 15-20 ਕਿਲੋਮੀਟਰ ਏਰੀਏ 'ਚ ਗੁਰਦੁਆਰਾ ਸਾਹਿਬ ਨੇ ਅਤੇ ਆਹ ਗੱਡੀ ਆਪਾਂ ਨੇ ਬੁੱਕ ਕੀਤੀ ਆ ਲੋਕਲ ਗੁਰਦੁਆਰਾ ਸਾਹਿਬ ਜਾਣ ਲਈ ਅਤੇ 100 ਰੁਪਈਆ ਇੱਕ ਸਵਾਰੀ ਦਾ ਲੈਂਦੇ ਆ ਅਤੇ ਇਹ ਕਹਿੰਦੇ 12 ਗੁਰਦੁਆਰਾ ਦਿਖਾਵਾਂਗੇ ਅਤੇ ਬਸ ਆਪਾਂ ਚੱਲਦੇ ਹਾਂ ਅਤੇ ਆਪਾਂ ਗੁਰਦੁਆਰਾ ਲੰਗਰ ਹਾਲ ਦੇ ਸਾਹਮਣੇ ਖੜ੍ਹੇ ਹਾਂ ਅਤੇ ਇੱਥੋਂ ਤੁਰਨ ਲੱਗੇ ਹਾਂ ਬਸ। ਅਤੇ ਲਓ ਜੀ ਗੱਡੀ ਆਪਣੀ ਤੁਰ ਪਈ ਅਤੇ ਆਪਾਂ ਚੱਲੇ ਹਾਂ ਲੋਕਲ ਗੁਰਦੁਆਰਾ ਸਾਹਿਬ, ਜਿਹੜੇ ਇੱਥੇ ਲੋਕਲ ਗੁਰਦੁਆਰਾ ਉਹਨਾਂ ਦੇ ਦਰਸ਼ਨ ਕਰਨ ਅਤੇ ਤੁਹਾਨੂੰ ਦਿਖਾਵਾਂਗੇ। ਅਤੇ ਆਪਾਂ ਪਹਿਲਾਂ ਪਹੁੰਚੇ ਹਾਂ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਬਣਿਆ ਹੋਇਆ, ਉੱਥੇ ਆਪਾਂ ਦਰਸ਼ਨ ਕਰਨ ਪਹੁੰਚੇ ਹਾਂ। ਅਤੇ ਇਹ ਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅਤੇ ਆਪਾਂ ਹੁਣ ਚੱਲਦੇ ਹਾਂ ਅੰਦਰ ਦਰਬਾਰ ਸਾਹਿਬ ਦੇ ਮੱਥਾ ਟੇਕਦੇ ਹਾਂ। ਅਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਹਾਜ਼ ਜਿਹੜਾ ਬਣਿਆ ਹੋਇਆ ਅਤੇ ਉਹਦਾ ਖੁੱਲ੍ਹਣ ਦਾ ਜਿਹੜਾ ਟਾਈਮ ਆ ਇੱਥੇ ਦੱਸਿਆ ਹੋਇਆ, ਜਹਾਜ਼ ਵੇਖਣ ਦਾ ਸਮਾਂ ਦੁਪਹਿਰੇ 1 ਤੋਂ 9 ਵਜੇ ਤੱਕ ਖੁੱਲ੍ਹਦਾ। ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਵਿੱਚ ਵੀ ਜਹਾਜ਼ ਬਣਿਆ ਹੋਇਆ ਅਤੇ ਇਹਦਾ ਜਿਹੜਾ ਦੇਖਣ ਦਾ ਕਹਿੰਦੇ ਟਾਈਮ ਆ ਉਹ 1 ਤੋਂ 9 ਵਜੇ ਤੱਕ ਆ ਅਤੇ ਉੱਥੇ ਲਿਖ ਕੇ ਵੀ ਦੱਸਿਆ ਮੈਂ ਤੁਹਾਨੂੰ ਦਿਖਾਇਆ ਤੁਹਾਨੂੰ। ਅਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ। ਆਪਾਂ ਗੁਰਦੁਆਰਾ ਰਤਨਗੜ੍ਹ ਸਾਹਿਬ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਅਤੇ ਇਹ ਗੁਰਦੁਆਰਾ ਸਾਹਿਬ ਦਾ ਇੱਧਰ ਕੰਮ ਚੱਲ ਰਿਹਾ ਅਤੇ ਦਰਬਾਰ ਸਾਹਿਬ ਇੱਧਰ ਬਣੇ ਹੋਏ ਨੇ ਅਤੇ ਆਪਾਂ ਮੱਥਾ ਟੇਕਦੇ ਹਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਅਤੇ ਆਪਾਂ ਇਸ ਟਾਈਮ ਮੌਜੂਦ ਹਾਂ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਅਤੇ ਸਾਹਮਣੇ ਆ ਦਰਬਾਰ ਸਾਹਿਬ ਗੁਰਦੁਆਰਾ ਰਤਨਗੜ੍ਹ ਸਾਹਿਬ ਅਤੇ ਆਪਾਂ ਅੰਦਰ ਚੱਲਦੇ ਹਾਂ। ਇਸ ਸਥਾਨ 'ਤੇ ਇੱਕ ਸਾਧੂ ਰਹਿੰਦਾ ਸੀ ਜਿਹਦਾ ਨਾਮ ਰਤਨਦਾਸ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਰਤਨਦਾਸ ਜੀ ਨੂੰ ਦਰਸ਼ਨ ਦਿੱਤੇ ਸੀ ਜੋਤੀ ਜੋਤ ਸਮਾਉਣ ਪਿੱਛੋਂ। ਜਦੋਂ ਰਤਨਦਾਸ ਜੀ ਨੂੰ ਗੁਰੂ ਜੀ ਨੇ ਦਰਸ਼ਨ ਦਿੱਤੇ ਤਾਂ ਗੁਰੂ ਜੀ ਨੇ ਕਿਹਾ ਕਿ ਖਾਲਸੇ ਨੂੰ ਬੈਰਾਂਗ ਕਰਨ ਤੋਂ ਰੋਕੋ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਤਾਂ ਸੰਗਤਾਂ ਬਹੁਤ ਬੈਰਾਗ ਵਿੱਚ ਸਨ। ਗੁਰੂ ਜੀ ਨੇ ਰਤਨਦਾਸ ਜੀ ਨੂੰ ਕਿਹਾ ਕਿ ਸੰਗਤ ਨੂੰ ਕਹੋ ਕਿ ਕੋਈ ਵੀ ਬੈਰਾਗ ਕਰਨ ਦੀ ਜ਼ਰੂਰਤ ਨਹੀਂ ਹੈ, ਜਿਸਨੇ ਵੀ ਮੇਰੇ ਦਰਸ਼ਨ ਕਰਨੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲੈਣ, ਮੈਂ ਹਮੇਸ਼ਾ ਤੁਹਾਡੇ ਅੰਗ ਸੰਗ ਹਾਂ ਅਤੇ ਰਹਾਂਗਾ।
ਸਾਹਮਣੇ ਹੁਣ ਤੁਸੀਂ ਜਿਹੜੀ ਇਹ ਤਸਵੀਰ ਦੇਖ ਰਹੇ ਹੋ, ਇਹ ਆ ਜਥੇਦਾਰ ਸਰਦਾਰ ਨਰਿੰਦਰ ਸਿੰਘ ਜੀ, ਜਿਹੜੇ ਕਿ ਨਿਵਾਸੀ ਨੇ ਕਿਲ੍ਹਾ ਰਾਜਪੁਰ ਜ਼ਿਲ੍ਹਾ ਲੁਧਿਆਣਾ ਦੇ, ਅਤੇ ਜਿਨ੍ਹਾਂ ਨੇ 2 ਮਰੱਬੇ ਯਾਨੀ ਕਿ 216 ਵਿੱਘੇ ਜ਼ਮੀਨ ਜਿਹੜੀ ਇਸ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਸੀ, ਅਤੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਸ੍ਰੀ ਰਤਨਗੜ੍ਹ ਸਾਹਿਬ ਬਣਿਆ ਹੋਇਆ। ਅਤੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆ ਗਏ, ਅਤੇ ਇੱਧਰ ਲੰਗਰ ਹਾਲ ਬਣਿਆ ਹੋਇਆ ਜੀ, ਇੱਥੇ ਸੰਗਤ ਬੈਠ ਕੇ ਲੰਗਰ ਸਕਦੀ ਆ। ਅਤੇ ਇੱਧਰ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ ਉਹ ਤਿਆਰ ਹੋ ਰਹੀ ਆ। ਇੱਧਰ ਗੁਰਦੁਆਰਾ ਸਾਹਿਬ ਨਵਾਂ ਬਣ ਰਿਹਾ, ਗੁਰਦੁਆਰਾ ਰਤਨਗੜ੍ਹ ਸਾਹਿਬ। ਅਤੇ ਆਹ ਗੱਡੀ 'ਚ ਆਪਾਂ ਆਏ ਹਾਂ, ਅਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਿ 100 ਰੁਪਏ ਇੱਕ ਬੰਦੇ ਦਾ ਇਹਨਾਂ ਨੇ ਲਿਆ, ਲੋਕਲ ਗੁਰਦੁਆਰਾ ਦਿਖਾਉਣ ਦੇ। ਅਤੇ ਹੁਣ ਆਪਾਂ ਚੱਲਾਂਗੇ ਇਸ ਤੋਂ ਅਗਲੇ ਗੁਰਦੁਆਰਾ ਸਾਹਿਬ। ਅਤੇ ਇੱਧਰ ਸੰਗਤ ਬੈਠ ਕੇ ਲੰਗਰ ਸਕਦੀ ਆ, ਇਹ ਲੰਗਰ ਹਾਲ ਆ ਗੁਰਦੁਆਰਾ ਸਾਹਿਬ ਦਾ। ਹੁਣ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਮਾਤਾ ਭਾਗ ਕੌਰ ਜੀ, ਅਤੇ ਇਹ ਗੁਰਦੁਆਰਾ ਬਿਲਕੁਲ ਰੋਡ ਦੇ ਉੱਪਰ ਬਣਿਆ ਹੋਇਆ ਜੀ, ਇੱਧਰੋਂ ਰੋਡ ਚੱਲਦਾ ਅਤੇ ਗੁਰਦੁਆਰਾ ਸਾਹਿਬ ਰੋਡ ਦੇ ਉੱਪਰ ਬਣਿਆ ਹੋਇਆ ਮਾਤਾ ਭਾਗ ਕੌਰ ਜੀ। ਆਪਾਂ ਤੁਹਾਨੂੰ ਇਹਦੇ ਦਰਸ਼ਨ ਕਰਾਉਂਦੇ ਹਾਂ, ਅਤੇ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ। ਲਿਖਿਆ ਗੁਰਦੁਆਰਾ ਮਾਤਾ ਭਾਗ ਕੌਰ। ਹੁਣ ਆਪਾਂ ਚੱਲਦੇ ਹਾਂ, ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਜੀ। ਵਾਹਿਗੁਰੂ। ਇੱਧਰ ਗੁਰਦੁਆਰਾ ਸਾਹਿਬ ਦਾ ਗੁਰੂ ਕਾ ਲੰਗਰ।
ਪਵਿੱਤਰ ਗੁਰਦੁਆਰਾ ਸਾਹਿਬ ਦਾ ਗੁਰੂ ਪਰ ਲੰਗਰ ਸਾਹਿਬ ਠੀਕ ਆ ਜੀ। ਇਹ ਵੀਡੀਓ ਨੂੰ ਕਰਦੇ ਹਾਂ ਇੱਥੇ ਐਂਡ, ਅਤੇ ਬਾਕੀ ਜਿਹੜੇ ਹੋਰ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਹੁਣ ਅਗਲੀ ਵੀਡੀਓ ਦੇ ਵਿੱਚ ਕਰਾਵਾਂਗੇ, ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਆ। ਅਤੇ ਚੈਨਲ ਨਾਲ ਬਣੇ ਰਹੋ, ਅਤੇ ਜਿਹਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਿਓ ਜੀ। ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ।